ਆ ਵੇਖੋ ਚੋਰ ਦੀ ਦਲੇਰੀ, ਰਾਤ ਨੂੰ ਤੀਸਰੀ ਮੰਜ਼ਿਲ ਤੇ ਚੜ ਕੇ ਕੀਤੀ ਚੋਰੀ। ਜਦ ਚੋਰੀ ਦੀ ਆਵਾਜ਼ ਸੁਣ ਕੇ ਜਾਗਿਆ ਸ਼ਖਸ ਤਾਂ ਗੋਲੀ ਮਾਰਨ ਦੀ ਦਿੱਤੀ ਧਮਕੀ। ਤਾਂ ਦੱਸਦੇ ਕਿ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ, ਜਿੱਥੇ ਚੋਰ ਵੱਲੋਂ ਬੜੀ ਹੀ ਦਲੇਰੀ ਦੇ ਨਾਲ ਰਾਤ ਦੇ ਸਮੇਂ ਤੀਜੀ ਮੰਜ਼ਿਲ ਤੇ ਚੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਤੇ ਜਦ ਆਵਾਜ਼ ਸੁਣ ਕੇ ਘਰ ਦਾ ਮਾਲਕ ਜਾਗ ਜਾਂਦਾ ਹੈ ਤਾਂ ਉਹ ਉਸਨੂੰ ਪੁੱਛਦਾ ਕਿ ਕੌਣ ਹੈ, ਤਾਂ ਉਹ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੰਦਾ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਦੱਸਦੇ ਕਿ ਇਸ ਵੱਲੋਂ ਮੌਕੇ ਤੋਂ 2 ਆਈਫੋਨ ਸਮੇਤ 50,000 ਰੁਪਏ ਦੀ ਨਕਦੀ ਵੀ ਚੋਰੀ ਕਰ ਲਈ ਗਈ ਹੈ ਤੇ ਚੋਰ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਤਾਂ ਦੱਸਦੇ ਕਿ ਮਾਮਲਾ ਬਰਨਾਲਾ ਦਾ ਹੈ, ਜਿੱਥੇ ਇਸ ਸੰਬੰਧੀ ਪੀੜਿਤ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਸੋ ਰਿਹਾ ਸੀ ਤਾਂ ਅੰਦਰ ਅਲਮਾਰੀ ਦੇ ਕੋਲ ਕੋਈ ਸ਼ਖਸ ਖੜਿਆ ਦਿਖਿਆ। ਜਦ ਇਸ ਗੱਲ ਨੂੰ ਲੈ ਕੇ ਉਸਨੇ ਆਵਾਜ਼ ਅਤੇ ਚੀਕਾਂ ਮਾਰੀਆਂ ਤਾਂ ਚੋਰ ਨੇ ਪਿਸਤੌਲ ਕੱਢ ਲਈ ਤੇ ਉਸਨੂੰ ਕਿਹਾ ਕਿ ਜੇਕਰ ਕਿਸੇ ਨੂੰ ਦੱਸੇਗਾ ਤਾਂ ਉਹ ਗੋਲੀ ਮਾਰ ਦੇਵੇਗਾ। ਇਹਨਾਂ ਕਹਿੰਦੇ ਹੀ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ ਉਸ ਵੱਲੋਂ ਘਰ ਦੇ ਵਿੱਚ ਪਏ 2 ਆਈਫੋਨ, 50,000 ਰੁਪਏ ਦੀ ਨਕਦੀ ਅਤੇ ਉਸਦੀ ਪਤਨੀ ਦੇ 3 ਬੈਗ ਵੀ ਚੋਰੀ ਕਰ ਲਏ ਨੇ। ਜਿਸ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ ਪੱਗ ਅਤੇ ਟੋਪੀ ਪਾਏ ਹੋਏ 3 ਨੌਜਵਾਨ ਨਜ਼ਰ ਆ ਰਹੇ ਨੇ ਸੀਸੀਟੀਵੀ ਦੇ ਵਿੱਚ, ਜਿਨ੍ਹਾਂ 'ਤੇ ਸ਼ੱਕ ਜਤਾਇਆ ਜਾ ਰਿਹਾ। ਅਤੇ ਹੁਣ ਉਹਨਾਂ ਨੇ ਪੁਲਿਸ ਨੂੰ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਅਤੇ ਇਸ ਸੰਬੰਧੀ ਪੁਲਿਸ ਨੇ ਵੀ ਕਿਹਾ ਕਿ ਉਹ ਸੀਸੀਟੀਵੀ ਦੇ ਆਧਾਰ 'ਤੇ ਇਹਨਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸ ਦਈਏ ਕਿ ਚੋਰਾਂ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ, ਰਾਤ ਦੇ ਸਮੇਂ 'ਚ ਤੀਸਰੀ ਮੰਜ਼ਿਲ 'ਤੇ ਚੜ੍ਹ ਕੇ ਚੋਰੀ ਕੀਤੀ ਗਈ ਅਤੇ ਮੌਕੇ ਤੋਂ ਇਹਨਾਂ ਵੱਲੋਂ 2 ਆਈਫੋਨ ਸਮੇਤ ਨਕਦੀ 50,000 ਰੁਪਏ ਦੀ ਵੀ ਚੋਰੀ ਕਰ ਲਈ ਜਾਂਦੀ ਹੈ। ਮੈਂ ਰਾਤ ਨੂੰ ਸੁੱਤਾ ਪਿਆ ਸੀਗਾ ਤਾਂ 3:55 'ਤੇ ਕੋਈ ਮੇਰੀ ਅਲਮਾਰੀ ਦੇ ਕੋਲ ਖੜ੍ਹਾ ਸੀ, ਮੈਂ ਉਹਨੂੰ ਕਿਹਾ ਵੀ ਕੌਣ ਹੈ ਕੌਣ ਹੈ, ਮੈਂ ਬਹੁਤ ਰੌਲਾ ਪਾਇਆ, ਉਹ ਇੱਕਦਮ ਭੱਜ ਗਿਆ। ਮੈਨੂੰ ਜਾਣ ਲੱਗਾ, ਕਹਿੰਦਾ ਮੇਰੇ ਕੋਲ ਰਿਵਾਲਵਰ ਹੈ, ਮੈਂ ਤੁਹਾਡੇ ਮਾਰੂੰਗਾ ਜੇ ਮੇਰੇ ਮਗਰ ਆਏ। ਫਿਰ ਉਹ ਭੱਜ ਗਿਆ। ਕੀ ਕੁਝ ਲੈ ਗਿਆ ਇੱਥੋਂ? ਇੱਥੋਂ ਮੇਰੇ ਕੋਲ 2 ਮੋਬਾਈਲ, 2 ਆਈਫੋਨ ਸੀਗੇ, ਮੇਰੀ ਮਿਸਿਜ਼ ਦਾ ਅਤੇ ਮੇਰਾ, ਅਤੇ ਕੈਸ਼ ਪਿਆ ਸੀ ਮੇਰਾ ਜੋ ਵੀ ਮੈਂ ਕੱਲ੍ਹ ਇਕੱਠਾ ਕਰਕੇ ਲੈ ਕੇ ਆਇਆ ਸੀ, ਅਤੇ ਮਿਸਿਜ਼ ਦੇ 3 ਬੈਗ ਲੈ ਗਏ। ਲੇਡੀਜ਼ ਦਾ ਤਾਂ ਨਹੀਂ ਮੈਨੂੰ ਹਜੇ ਐਸਟੀਮੇਟ ਹੈਗਾ ਬੈਗ ਦਾ, ਮੇਰੇ ਕੋਲ ਜੋ ਸੀ 50,000 ਰੁਪਇਆ ਸੀ, 2 ਆਈਫੋਨ। ਇਹ 40-ਫੁੱਟੀ ਗਲੀ ਦੇ ਵਿੱਚ ਹੈ ਜੀ, CM ਪੈਰਾਲਾਲ। ਬਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਦੇਖਿਆ ਜਾਵੇ, ਬਿਲਕੁਲ ਘਰ ਬੰਦ ਨੇ, ਦੇਖੋ ਫਿਰ ਵੀ ਛੱਤ ਤੋਂ ਆ ਜਾਏ ਕੋਈ ਜਣਾ, ਬਹੁਤ ਵੱਡੀ ਗੱਲ ਹੈ। ਉਹ ਦੇਖ ਰਹੇ ਹਾਂ ਇੱਕ ਸਰਦਾਰ ਆਇਆ, ਉਹਦੇ ਵਿੱਚ 3 ਟੋਪੀ ਲੈ ਕੇ ਬੰਦੇ ਆਏ ਨੇ। ਹਾਂਜੀ ਸਰ, ਜਿਹੜੀ 40-50 ਗਲੀ ਚੋਰੀ ਹੋਈ, ਕੀ ਪੂਰਾ ਮਾਮਲਾ? ਸ਼ਹਿਰ ਦੀ ਸੰਘਣੀ ਆਬਾਦੀ 40-ਫੁੱਟੀ ਗਲੀ ਦੇ ਵਿੱਚ 3 ਮੰਜ਼ਿਲਾ ਮਕਾਨ ਦੇ ਵਿੱਚ ਰਾਤ ਦੇ 3-4 ਵਜੇ ਇੱਕ ਚੋਰੀ ਹੋਣ ਦੀ ਖਬਰ ਮਿਲੀ ਸੀ, ਜਿੱਥੇ ਸਾਡੀ ਨਾਈਟ ਪੁਲਿਸ ਪਾਰਟੀ ਵੀ ਮੌਕਾ 'ਤੇ ਪਹੁੰਚੀ ਸੀ। ਚੋਰੀ ਹੋਈ ਹੈ ਪਰ ਜਿੱਥੇ ਕੋਈ ਅਣਜਾਣ ਚੋਰ ਜਾਣਾ ਸੰਭਵ ਨਹੀਂ ਹੈਗਾ, ਫਿਰ ਵੀ ਅਸੀਂ ਇਸ ਮਾਮਲੇ ਦੀ ਬੜੀ ਡੂੰਘਾਈ ਨਾਲ ਤਹਿਕੀਕਾਤ ਕਰ ਰਹੇ ਹਾਂ ਅਤੇ ਅਸੀਂ ਕੈਮਰੇ ਵੀ ਦੇਖ ਰਹੇ ਹਾਂ, ਫੁਟੇਜ ਦੇਖ ਰਹੇ ਹਾਂ, ਤਾਂ ਜੋ ਸਾਨੂੰ ਕੋਈ ਸ਼ੱਕੀ ਬੰਦਾ ਟਰੇਸ ਹੋ ਜੇ ਗਲੀ ਮੁਹੱਲੇ ਵਿੱਚੋਂ ਲੰਘਦੇ ਜਾਂ ਟੱਪਦੇ। ਇਸ ਕਰਕੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ, ਅਸੀਂ ਆਪ ਖੁਦ ਵੀ ਅਸੀਂ ਮੌਕੇ ਦਾ ਮੁਲਾਜ਼ਾ ਕੀਤਾ, ਗੱਲਬਾਤ ਕੀਤੀ ਹੈ ਉਹਨਾਂ ਦੁਕਾਨਦਾਰਾਂ ਨਾਲ। ਮੈਂ ਵੀ ਉੱਥੇ ਜਾ ਕੇ 3 ਮੰਜ਼ਿਲ 'ਤੇ ਦੇਖਿਆ ਜਾ ਕੇ, ਪਰ ਜਿੱਥੇ ਇੱਕ ਨਾਮੁਮਕਿਨ ਗੱਲ ਲੱਗਦੀ ਹੈ, ਪਰ ਚੋਰ ਜਿਹੜਾ ਕੋਈ ਭੇਤੀ ਲੱਗਦਾ, ਫਿਰ ਵੀ ਸਾਡੀ ਤਫਤੀਸ਼ ਜਾਰੀ। ਸਰ ਪਰਚਾ ਦਰਜ ਹੋਇਆ ਕਿ ਹੋਣਾ? ਹਾਂ, ਪਰਚਾ ਦਰਜ ਕੀਤਾ ਗਿਆ ਅਤੇ ਤਫਤੀਸ਼ ਜਾਰੀ ਹੈ, ਬਾਕੀ ਜੋ ਜੋ ਹੋਊਗਾ ਤੁਹਾਨੂੰ ਖੁਲਾਸਾ ਕੀਤਾ ਜਾਵੇ।